वाहिगुरु जी का खालसा, वाहिगुरु जी की फतेह। सत श्री अकाल, सलाम। मैं परमिंदर सिंह, जीवन सांझा पंजाब तो। अज असी तुहानू मोगे तो 17 किलोमीटर दूर पिंड पुट्टर, जिथे के वंड तो पहला सिख मुसलमाना का एक सांझा पिंड सी, इसे पिंड दे विच रह के गए करमदीन, जिन्हां दी उस वेले उम्र 29 साल सी, हुण उन्हां दी उम्र 103 साल है। करमदीन हुण लहिंदे पंजाब दे जिला लाहौर पिंड बहरवाल विच रह रहे ने। और करमदीन जी अपने पिंड बारे आप दस रहे ने, और असी अपने चैनल जिवें सांझा पंजाब दे राही उन्हां दा पिंड दिखा रहे हैं। जिथे हुण छप्पड़ है मंदिर दे नाल बुट्टर पिंड, इत्थे कहिंदे कोई सोढ़ियां दी ढाब हुंदी सी जी पहलां। ये बुट्टर तों सोढ़ियां दा किला हुंदा सी कहिंदे इत्थे, हुण ना ते हुण ओह जिन्हां दे मतलब जिहड़े मालक आ उहनां दे, उहनां ने ढा के सारे आ देखो दुकानां बना दित्तियां इत्थे। मोगा बरनाला रोड, इह मोगा बरनाला रोड आ जी, NH71 आ। पिंड बहुत वड्डा सी, 2 मील पेट सी, कोले साडे भूआ दा पुत्त ਵਿਆਹੀ ਸੀ 3 ਮੀਲ 'ਤੇ। ਅੱਛਾ। ਉਹਦਾ ਨਾਮ ਬਹਿਰੋ ਸੀ, ਉਹ ਕਾਰੋਬਾਰ ਸਾਰਾ ਇਸ ਏਰੀਏ 'ਚ ਸੀ ਉਹਨਾਂ ਦਾ। ਅੱਛਾ। ਹੁਣ ਵੀ ਉੱਧਰ ਹੀ ਆ। ਅੱਛਾ। ਅਤੇ ਪਹਿਲੀ ਇੱਕ ਮੁੰਡਾ ਆ ਗਿਆ, ਉਹ ਹੁਣ ਸ਼ਾਹ ਸਾਹਿਬ ਉਹਨਾਂ ਨੂੰ ਤਾਂ ਪਤਾ, ਇੱਥੇ ਪਹਿਲੀ ਸਾਰੀ ਖੇ ਖਰਾਬ ਕਰ ਗਿਆ, ਕੁਛ ਵੇਚ ਗਿਆ ਕੁਛ, ਉਹ 12 ਮਰੱਬੇ ਤਾਂ ਜੀ ਐਵੇਂ ਹੀ ਗਏ ਆ। ਨਹੀਂ ਲਈ ਸ਼ਾਹ ਸੀਗੇ ਚੰਗ 'ਚ, ਇਹ 3 ਮਰੱਬੇ ਤਾਂ ਵੇਚੇ ਆ ਨਾ 1500 ਨੂੰ ਕਿੱਲਾ। ਅੱਛਾ। ਉਹ ਪਿੰਡ ਮੁਸਲਮਾਨਾਂ ਦਾ ਸੀ? ਹੈਂ? ਉਹ ਪਿੰਡ ਮੁਸਲਮਾਨਾਂ ਦਾ ਸੀ? ਨਹੀਂ, ਸਿੱਖਾਂ ਦਾ ਵੀ ਅੱਧਾ ਸੀ। ਅੱਛਾ। ਸਿੱਖ ਤੇ ਮੁਸਲਮਾਨ, ਸਿੱਖ ਵੀ ਚੂੜੇ ਵੀ ਸੀਗੇ। ਅੱਛਾ। ਪਿੰਡ 2 ਮੀਲ ਸੀ ਸਾਡਾ ਪਿੰਡ। ਅੱਛਾ। ਚੂੜੇ ਵੀ ਸੀਗੇ, ਅੱਜ ਇਹਨਾਂ ਨੂੰ ਭੰਗੀ ਬੋਲਦੇ ਆ। ਤੇ ਜ਼ਿੰਮੇਦਾਰ ਕੌਣ ਹੁੰਦਾ ਸੀ ਪਿੰਡ ਦਾ? ਜ਼ਿੰਮੇਦਾਰ ਸਾਡੇ 6 ਨੰਬਰਦਾਰ ਸੀ। ਕੀ ਨਾਮ ਸੀ, ਨਾਮ ਯਾਦ ਨੇ? ਹੈਂ? ਨਾਮ ਯਾਦ? ਸਰਦਾਰਾ, ਕਰਤਾਰਾ। ਬੋਲੋ ਬੋਲੋ ਦੱਸੋ। ਹਾਂ, ਤੇ ਫੋਗਾ ਛੀਂਬਾ।
ਅਮਲੀ ਸੀਗਾ ਰਿਓੜੀਆਂ ਚੱਪਦੇ ਰਹਿਣਾ ਫੀਮ ਖਾਂਦਾ ਸੀ ਅੱਛਾ ਉਹਦਾ ਨਸ਼ਾ ਉਹ ਜਿਵੇਂ ਫੀਮ ਮੰਗੇ ਕਿ ਰੇੜੀਆਂ ਅਤੇ ਪੋਸਤ ਮੰਗੇ ਗੰਨੇ ਭੰਗ ਵਿਚਾਰੀ ਆਲੀ ਬੋਲੀ ਜੋ ਚਾਹੇ ਸੋ ਬੰਨੇ ਅੱਛਾ ਹੋਰ ਹੋਰ ਨਾਮ ਦੱਸੋ ਤਿੰਨ ਦੱਸੇ ਨੇ ਤੁਸੀਂ ਪਿੰਡ ਫੋਗਾ ਸ਼ਿੰਬਾ ਕਹਿਤਾ ਦਲਵਾਰਾ ਕਲਤਾਰਾ ਮਾਘੀ ਨੇੜੇ ਨੇੜੇ ਸਾਡੇ ਸੀ ਨਾ ਮਾਘੀ ਸਿੱਖ ਸੀ ਸਿੱਖ ਸੀ ਸਰਦਾਰਾ ਸੀ ਇੱਕ ਦਾ ਉਹਦਾ ਪੁੱਤ ਇੱਕ ਕਰਤਾਰਾ ਸੀ ਤੇ ਗੁਆਂਢ ਸਾਡੇ ਬਥੇਰੇ ਸੀਗੇ ਅੱਛਾ ਜਾਣੀ ਤੇ ਜਿਹੜਾ ਤੁਹਾਡਾ ਪਿੰਡ ਸੀ ਉੱਥੇ ਸਰਦਾਰ ਤੇ ਮੁਸਲਮਾਨ ਇਕੱਠੇ ਰਹਿੰਦੇ ਸੀ ਕਿਸ ਤਰ੍ਹਾਂ ਰਹਿੰਦੇ ਸੀ ਆਪਸ ਵਿੱਚ ਰਾਸ ਵੀ ਸੀ ਦਰਅਸਲ ਅਸੀਂ ਉਹਨਾਂ ਤੋਂ ਪ੍ਰੇਜ ਕਰਦੇ ਉਹ ਸਾਤੋਂ ਕਰਦੇ ਅੱਛਾ ਦੋਸਤੀ ਨਹੀਂ ਸੀ ਉਹਨਾਂ ਨਾਲ ਹੈ ਦੋਸਤੀ ਤਾਂ ਸੀਗੀ ਸਾਡੀ ਚਿਲ ਮਹੁਕੇ ਦੀ ਲਾ ਕੇ ਪੀਣ ਲੱਗ ਜਾਂਦੇ ਸੀ ਅੱਛਾ ਦੋਸਤੀ ਸੀ ਤੁਹਾਡੀ ਸਰਦਾਰਾਂ ਨਾਲ ਹਾਂ ਨਹੀਂ ਹੁਣ ਦੋਸਤੀ ਪੱਠੇ ਹਰ ਬਾਰ ਹਲ ਵਾਹੁੰਦੇ ਸੀ ਇਕੱਠੇ ਉੱਠਣਾ ਪੈਣਾ ਮੀਲ ਭਰਤੇ ਹਰ ਪਾਸੇ ਸਾਡੇ ਡੇਢ ਮੀਲ ਜਗ੍ਹਾ ਹੁੰਦੀ ਜਿਵੇਂ ਇੱਥੋਂ ਜਾਗੂ ਵਾਲਾ ਏਡੀ ਏਡੀ ਦੂਰ ਤਾਈ ਸੀਗੀ ਜੋ ਪਿੰਡ ਸੀ ਵੱਡਾ ਬਹੁਤ 18 ਪੱਤੀਆਂ ਸੀ ਮਸਜਿਦਾਂ ਕਿੰਨੀਆਂ ਸੀ ਪਿੰਡ ਵਿੱਚ ਹੈ ਮਸਜਿਦਾਂ ਕਿੰਨੀਆਂ ਸੀ ਪਿੰਡ ਵਿੱਚ ਮਸਜਿਦਾਂ ਦੋ ਹਾਂ ਬਾਬਾ ਜੀ ਤੁਹਾਡੇ ਪਿੰਡ ਦੀ ਹੈਗੀ ਆ ਜਗ੍ਹਾ ਬਣੀ ਹੋਈ ਆ ਪੀਰ ਦੀ ਇਹ ਹੈਗੇ ਆ ਪੀਰ ਬਾਬਾ ਮੁਹੱਬਤ ਅਬਦੁੱਲੋ ਸ਼ਾਹ ਜੀ ਦਰਗਾਹ ਖਾਨਗਾਹ ਪਿੰਡ ਹੈਗਾ ਬੁੱਟਰ ਦਰਗਾਹ ਬਣੀ ਹੋਈ ਹੈ ਤੁਸੀਂ ਸਮਝ ਲਿਓ ਆਪਣੇ ਆਪ ਹੀ ਅਤੇ ਇੱਥੇ ਮੈਂ ਪਤਾ ਕਰਿਆ ਜਿਹੜੇ ਮੁੰਡੇ ਸੇਵਾ ਕਰ ਰਹੇ ਆ ਉਹ ਕਹਿੰਦੇ ਵੀ ਇਹ ਜਗ੍ਹਾ 100 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਆ ਤੁਸੀਂ ਦਰਖਤ ਦੇਖ ਰਹੇ ਹੋ ਨਾ ਇਹ ਬਹੁਤ ਪੁਰਾਣੇ ਲੱਗ ਰਹੇ ਆ ਦੇਖਣ ਨੂੰ ਵੀ ਜਿਵੇਂ 100 ਸਾਲ ਤੋਂ ਵੀ ਜ਼ਿਆਦਾ ਪੁਰਾਣੇ ਹੋਣੇ ਆ ਹੈ ਨਾ ਇਹ ਅਤੇ ਇੱਥੇ ਇੱਕ ਬਾਬਾ ਜੀ ਮੁੰਡਿਆਂ ਨੇ ਦੱਸਿਆ ਇੱਥੇ ਬਾਬਾ ਜੀ ਜਿਹੜੇ ਸੇਵਾ ਕਰਦੇ ਆ ਨਾ ਉਹ ਵੀ ਸ਼ਾਇਦ ਕੋਈ ਵੰਡ ਵੇਲੇ ਇੱਧਰ ਰਹਿ ਗਏ ਸੀ ਕਹਿੰਦੇ ਉਹਨਾਂ ਗੁਰਦੁਆਰੇ ਹਾਂ ਗੁਰਦੁਆਰੇ 3 ਸੀਗੇ 2 ਗੁਰਦੁਆਰੇ ਸਿੱਖ ਸਿੱਖ ਸਾਡੇ ਪਿੰਡ ਜ਼ਿਆਦਾ ਸੀ ਅੱਛਾ ਅੱਛਾ ਹਾਂ ਜਿਵੇਂ ਆਹ ਹੁਣ ਗੁਰਦਾ ਬਣਦਾ ਹੀ ਆਹਦੇ ਬਣਦੇ ਹੀ ਸੀ ਉਤਲੀ ਮੰਜ਼ਿਲ ਆ ਵੀ ਬਣਦੀ ਹੈ ਨਾ ਇਹ ਇੱਕ ਰੋਡਾਂ ਵਾਲੀ ਸੜਕ ਵੱਜਦੀ ਸੀ ਕਹਿੰਦੇ ਪੁਰਾਣੇ ਬੰਦੇ ਦੱਸਦੇ ਸੀ ਇਹ ਜਿਹੜੇ ਗੁਰਦੁਆਰਾ ਸਾਹਿਬ ਆ ਨਾ ਇੱਥੇ ਇਹ ਵੀ ਹੈ ਕਹਿੰਦੇ ਪੁਰਾਣਾ ਹੀ ਆ ਜੀ ਪਰ ਇੱਥੇ ਮਤਲਬ ਕਿ ਮਦਰੱਸਾ ਵੀ ਸੀ ਨਾਲ ਇਹ ਅਤੇ ਛੋਟੀਆਂ ਦਾ ਕਿਲਾ ਇਹ ਗੁਰਦੁਆਰਾ ਸਾਹਿਬ ਉਸੇ ਜਗ੍ਹਾ 'ਤੇ ਮਤਲਬ ਬਿਲਡਿੰਗ ਨਵੀਂ ਬਣਾ ਦਿੱਤੀ ਗਈ ਆ ਹੁਣ ਸਮੇਂ ਦੇ ਅਨੁਸਾਰ ਉਹ ਮਤਲਬ ਪੁਰਾਣੀ ਢਾਹ ਕੇ ਛੋਟੀਆਂ ਦਾ ਕਿਲਾ ਹੈ ਮੇਲੇ ਮੇਲੇ ਕਿਹੜੇ ਲੱਗਦੇ ਸੀ ਪਿੰਡ 'ਚ ਮੇਲੇ ਮੇਲੇ ਵਿਸਾਖ ਦਾ ਲੱਗਦਾ ਸੀ ਸਾਡੇ ਇੱਕ ਚੜ੍ਹੇ ਵਿਸਾਖ ਉੱਧਰੋਂ ਕਣਕ ਨੂੰ ਵਾਢੀ ਪੈਣੀ ਉੱਧਰੋਂ ਮੇਲਾ ਲੱਗ ਜਾਣਾ ਜਾਣੀ 5-7 ਕਿੱਲੇ ਛੱਡੇ ਹੋਏ ਸੀ ਉਹਨਾਂ ਦੇ ਵਿੱਚ ਕੌਡੀ ਵੀ ਹੋਣੀ ਘੋਲ ਵੀ ਹੋਣਾ ਗਾਉਣ ਵੀ ਹੋਣੇ ਨਕਲੀਏ ਰਾਤ ਨੂੰ ਲੱਗਣੇ ਜਾਣੀ ਮੇਲੇ ਬਹੁਤ ਲੱਗਦੇ ਸੀ ਤੇ ਮੁਸਲਮਾਨ ਔਰ ਸਰਦਾਰ ਉਹ ਮਿਲ ਕੇ ਹੀ ਮਨਾਉਂਦੇ ਸੀ ਮਿਲ ਕੇ ਅੱਛਾ ਤੇ ਸ਼ਾਦੀ ਵਿਆਹਾਂ ਤੇ ਵੀ ਇੱਕ ਦੂਜੇ ਨਾਲ ਵਰਤਾਰਾ ਸੀ ਇੱਕ ਦੂਜੇ ਸ਼ਾਦੀ ਦਾ ਵਰਤਾਰਾ ਸੀ ਜਾਣੀ ਅਸੀਂ ਖਾਣ ਪੀਣ ਤੋਂ ਉਹਨਾਂ ਤੋਂ ਪਰਹੇਜ ਕਰਦੇ ਸੀ ਬਸ ਖਾਣ ਪੀਣ ਦਾ ਪਰਹੇਜ ਸੀ ਹਾਂ ਉਹ ਸਾਤੋਂ ਕਰਦੇ ਸੀ ਅੱਛਾ ਤੇ ਖੂਹ ਸੀ ਪਿੰਡ 'ਚ ਹਾਂ ਖੂਹ ਸੀਗੇ ਦੋ ਤਿੰਨ ਖੂਹੀਆਂ ਵੀ ਛੋਟੀਆਂ ਵੀ ਲੱਗੀਆਂ ਸੀ ਘਰਾਂ ਦੇ ਵਿੱਚ ਜਾਣੀ ਇੱਕ ਦੂਜੇ ਦੇ ਜਾਂਦੇ ਨਹੀਂ ਚੂੜੀਆਂ ਦੀ ਅੱਡ ਸੀ ਚੂੜੇ ਜਿਹੜੇ ਸੀ ਦੋ ਵਸਤੀਆਂ ਪਿੱਪਲ ਸੀ ਉਹਨਾਂ ਦਾ ਅੱਡ ਉਹਨਾਂ ਦੀ ਵਸਤੀ ਸੀ ਅੱਛਾ ਤੁਹਾਨੂੰ ਆਪਣਾ ਘਰ ਯਾਦ ਹੈ ਉੱਥੇ ਕਿਵੇਂ ਦਾ ਸੀ ਹਾਂ ਘਰ ਵਿਚਾਲੇ ਉੱਧਰਲੇ ਪਾਸੇ ਸਾਡੇ 18 ਫੁੱਟ ਦੀ ਗਾਡਰ ਚੜ੍ਹੀ ਸੀ ਉਹਦੇ 4 ਬੈਠਕਾਂ ਸੀ 2 ਇੱਧਰ 2 ਇੱਧਰ ਅਤੇ ਉੱਥੇ ਜਾ ਕੇ 3 ਕਿਨਾਰਾਂ 'ਚ ਹਵੇਲੀ ਸੀ ਅੱਛਾ ਹਵੇਲੀ ਸੀ ਤੁਹਾਡੀ ਹਾਂ 3-4 ਜਾਣੀ ਸਾਨੂੰ ਜਿਹੜੇ ਅਸੀਂ ਨਾ ਮਹਿਰੋਂ ਵਾਲੇ ਉਹ ਸਾਡੀ ਫੁੱਫੀ ਸੀਗੀ ਜਦੋਂ ਵਿਆਹੀ ਆ ਉੱਧਰੋਂ ਆਇਆ ਆਸਟ੍ਰੇਲੀਆ 'ਚੋਂ ਸਾਡੇ ਬਾਪ ਨੂੰ ਉਹਨੇ ਕਿਹਾ ਵੀ ਗੱਡੇ ਤੇਰੇ ਉਦੋਂ ਮੋਟਰ ਟਰੱਕ ਕੋਈ ਨਹੀਂ ਸੀ ਕੋਈ ਮੋਟਰ ਟਰੱਕ ਨਹੀਂ ਸੀ ਗੱਡੇ ਇਕੱਠੇ ਕਰਕੇ ਇੱਟਾਂ ਧੋਈਆਂ 3 ਮੀਲ ਫਾਸਲਾ ਸੀ ਜਗ੍ਹਾ 3 ਕਿਨਾਰਾਂ ਵਾਲੀ ਅਤੇ ਵਿਚਾਲੇ ਪੂਤ ਲੱਗਾ ਸੀ ਪੁਰਾਣਾ ਅਤੇ ਇੱਧਰਲੇ ਭਾਈ ਖੂਹੀ ਲਾਈ ਸੀ ਨਾਲ ਟੂਟੀਆਂ ਲਾਈਆਂ ਸੀਗੀਆਂ ਉੱਤੋਂ ਪਾਣੀ ਪਾ ਉੱਤੇ ਪਾ ਲੈਂਦੇ ਧਾਰ ਬੰਨ੍ਹ ਕੇ ਨਹਾਉਂਦੇ ਸੀ ਅੱਛਾ
ਜਾਣੀ ਅੱਡੋ ਅੱਡੀ ਆਪਦਾ ਸਿੱਖ ਅੱਡ ਸੀ। ਸਿੱਖਾਂ ਨੇ ਅਸੀਂ ਆ ਰੋਡਾ ਸਿਰ ਕਰਾਉਣਾ ਨਾ ਨਾਈ ਤੋਂ, ਉਹਨਾਂ ਦਾ ਗੁਰਦੁਆਰਾ ਸੀ ਇੱਧਰ ਅਤੇ ਸਾਡੀ ਮਸੀਤ ਸੀ ਇੱਧਰ। ਅਸੀਂ ਜਦੋਂ ਰੋਡਾ ਸਿਰ ਕਰਕੇ ਨਹਾਉਣਾ ਨਾ ਸਿਰ ਸਿਰ 'ਚ ਵੱਜਣੀ ਤਾਰ, ਉਹਨਾਂ ਨੇ ਕਿਹਾ ਵੇਖੋ ਮਤਲਬ ਆਹ ਮੀਆਂ ਨੂੰ ਸ਼ਾਂਤੀ ਵੇਖ ਕੇ ਉੱਤੋਂ ਦੀ ਪਾਣੀ ਤਿਲਕਦਾ ਤੁਸੀਂ ਜੁੰਡ ਆਹ ਜਿਹੜੇ ਦਾੜੀ ਹੈ ਨਾ ਆਹ ਮੂੰਹ ਨਹੀਂ ਸੀ ਦੀਂਦਾ ਉਹਨਾਂ ਦਾ। ਕਈ ਕਈ ਇਹੋ ਜਿਹੇ ਸਿੱਖ ਸੀ ਇੱਥੋਂ ਆਏ ਆਏ ਕਰ ਕਰਕੇ ਰੋਟੀ ਖਾਣੀ, ਵਾਲ ਨਹੀਂ ਸੀ ਵਾਲ ਨਹੀਂ ਸੀ ਮਨਾਉਂਦੇ, ਮੂੰਹ ਵੀ ਲੁਕ ਜਾਂਦਾ ਸੀ। ਜਾਣੀ ਉਹ ਇੱਥੇ ਬੱਕਰਾ ਚ ਕੁੱਕੜਾ ਕਰਨਾ ਬੱਕਰਾ ਕਰਨਾ ਇੱਥੇ ਰੱਖ ਕੇ ਉੱਤੋਂ ਤਲਵਾਰ ਮਾਰਨੀ ਸ੍ਰੀ ਕਿਧਰੇ ਭੱਜੀ ਫੁਰਨੀ ਉਹਨੂੰ ਝਟਕਾ ਬੋਲਦੇ ਸੀ। ਅਤੇ ਕਈ ਸਿੱਖ ਜਿਹੜੇ ਸੀ ਉਹ ਹਲਾਲ ਖਾਂਦੇ ਸੀ ਸਾਡੇ ਨਹੀਂ, ਓਡਾ ਬਾਂਗਰੂ ਜਿਹੜੇ ਹੈ ਨਾ ਬਾਹਰ ਪੱਖੀਆਂ ਲਾਉਂਦੇ ਨਾ ਇੱਜੜ ਰੱਖਦੇ ਆ, ਇਹਨਾਂ ਤੋਂ ਅਸੀਂ ਬੱਕਰਾ ਛਤਰਾ ਲਿਆਉਣਾ ਵੀ ਆ ਸਾਡੀ ਢੇਰੀ ਰੱਖਿਓ। ਕਈ ਸਿੱਖ ਹਲਾਲ ਖਾਂਦੇ ਸੀ ਅਤੇ ਨਹੀਂ ਸ੍ਰੀ ਕਿਧਰੇ ਫੁੱਟਦੀ ਭੱਜੀ ਫਿਰਨੀ ਝਟਕਾ ਉਹਨੂੰ ਬੋਲਦੇ ਆ ਉਹ ਝਟਕਾ ਕਰਦੇ ਸੀ। ਕਿਹੜੇ ਕਿਹੜੇ ਸਰਦਾਰ ਹੁੰਦੇ ਸੀ ਕਿਹੜੀ ਗੋਦ ਦੇ, ਮਤਲਬ ਸੰਧੂ ਜਾਂ ਇਸ ਤਰ੍ਹਾਂ ਹੁੰਦਾ ਨਾ ਰੰਧਾਵਾ, ਕਿਹੜੇ ਸੀ ਸਰਦਾਰ ਉਹ ਵਾਲੇ ਦੇ? ਉਹਨਾਂ ਦੀ ਉਹਨਾਂ ਸਮਝ ਲਓ ਗੁਰਦੁਆਰੇ 'ਚ ਉਹਨਾਂ ਦਾ ਗ੍ਰੰਥ ਸਾਹਿਬ ਸੀ ਨਾ ਆਪਣਾ ਕੁਰਾਨ ਮਜੀਦ ਦਾ, ਉਹ ਜਦੋਂ ਖੋਲ੍ਹਦੇ ਤਿੰਨ ਦਿਨ ਤਿੰਨ ਰਾਤਾਂ ਬੰਦ ਨਹੀਂ ਸੀ ਕਰਦੇ। ਐਸ ਘਰ ਖੋਲ੍ਹਿਆ ਨਾ ਵਾਰੀ ਵੱਟੇ ਰਾਤ ਪੁਰ ਦਿਨ ਉਹਨੂੰ ਛੱਡਣਾ ਨਹੀਂ, ਰਾਤ ਪੁਰ ਦਿਨ ਪੜ੍ਹਾਈ ਕਰੀ ਜਾਣੀ ਹੈ। ਫਿਰ ਉਹਨਾਂ ਨੇ ਤਿੰਨ ਮੇਲ ਦਾ ਹਲਵਾ ਕਰਨਾ, ਉਹਨਾਂ ਹੀ ਘਿਓ ਉਨੀ ਚੀਨੀ ਅਤੇ ਉਹਨਾਂ ਹੀ ਆਟਾ ਅਤੇ ਐਂ ਵੰਡਣਾ। ਆਹ ਨਿੱਕੇ ਨਿੱਕੇ ਹੁੰਦੇ ਸੀ ਹੱਥਾਂ 'ਤੇ ਧਰਨਾ, ਸਾਨੂੰ ਕੀ ਪਤਾ ਤੱਤਾ ਤੱਤਾ ਹੱਥ 'ਤੇ ਧਰਨਾ। ਅੱਛਾ, ਅਤੇ ਜਦੋਂ ਪੰਜਾਬ ਦੀ ਵੰਡ ਹੋਈ ਹੈ ਤੁਸੀਂ ਇੱਧਰ ਆਰਾਮ ਨਾਲ ਆ ਗਏ ਸੀ, ਲੜਾਈ ਹੋਈ ਸੀ ਕੋਈ ਮਾਰ ਕੁਟਾਈ ਕੁਛ? ਲੜਾਈ ਨਹੀਂ ਹੋਈ, ਆਰਾਮ ਨਾਲ ਆ ਗਏ ਸੀ? ਨਾ ਕੋਈ ਆਰਾਮ। ਕਿਵੇਂ ਆਏ ਸੀ? ਐਂ ਬੈਠੇ, ਪੇਸ਼ੀ ਦਾ ਟਾਈਮ ਸੀ ਅਤੇ ਰੋਟੀਆਂ ਉੱਤੇ ਹਾਂਡੀਆਂ ਚੜ੍ਹੀਆਂ ਵੀ ਸੀ ਅਤੇ ਬਾਪ ਸਾਡਾ ਬੁੱਢੇ ਬੁੱਢੇ ਨਮਾਜ਼ ਪੜ੍ਹਨ ਗਏ ਆ, ਉੱਧਰੋਂ ਮਿਲਟਰੀ ਦੀ ਤਾਂ ਧਾੜ ਪਈ, ਉਹ ਉੱਥੇ ਸ਼ਹੀਦ ਹੋ ਗਏ। ਅਸੀਂ ਉੱਥੋਂ ਉੱਠ ਗਏ ਅਤੇ ਇੱਧਰਲੇ ਪਾਸੇ ਇਸ ਪਾਸੇ ਸਾਡੇ ਕਾਨੇ ਸੀ ਘਰਾਂ ਤੋਂ 2 ਮੀਲ 2 ਕਿੱਲੇ ਪਾਸੇ, ਉੱਥੋਂ ਭੱਜ ਗਏ ਹਾਂ। ਮੁੜ ਕੇ ਨਸੀਬ ਨਹੀਂ, ਖੁੱਲ੍ਹੇ ਬੋਗੋ ਸਰ, ਕੋਈ ਸਾਨੂੰ ਪਤਾ ਨਹੀਂ ਕਿਸੇ ਕਿਹਨੇ ਲੁੱਟਿਆ ਕਿਹਨੇ ਨਹੀਂ, ਨਾ ਕੋਲੇ ਕੁਛ ਆਇਆ, ਜੇ ਕਹਿੰਦੇ ਤੇੜ ਸਰ ਸੀਗਾ ਉਹ ਉਵੇਂ ਭੱਜ ਗਏ। ਅਤੇ ਤੁਸੀਂ ਆ ਕੇ ਇਸੇ ਪਿੰਡ ਵਸੇ ਜਾਂ ਕਿਸੇ ਹੋਰ ਪਿੰਡ ਗਏ ਸੀ ਫਿਰ ਇੱਥੇ ਆਏ? ਇੱਥੇ ਅਸੀਂ ਨਹੀਂ, ਅਸੀਂ ਆਏ ਹਾਂ ਪਹਿਲਾਂ ਪੱਤੋ। ਅੱਛਾ, ਪੱਤੋ ਜਿਹੜਾ ਡਿਪਟੀ ਸੀਗਾ ਉਹ ਸਾਡਾ ਜਿਹੜਾ ਭੂਆ ਦਾ ਪੁੱਤ ਸੀ ਨਾ, ਉਹ ਪਹਿਲਾਂ ਉਦੋਂ ਆਸਟ੍ਰੇਲੀਆ 'ਚ ਉਹਨਾਂ ਨਾਲ ਵੀ ਮੁਲਾਕਾਤ ਸੀਗੀ। ਦੱਸੋ ਦੱਸੋ। ਉਹ ਉਹਦੇ ਨਾਲ ਰਹੇ ਆ ਜੀ, ਡਿਪਟੀ ਸੀ ਉਹਨੇ ਪਾਇਆ ਸਾਨੂੰ ਪੱਤੋ, ਕਸੂਰ ਉਹਨੇ ਜਾੜੇ ਜਦੋਂ ਸਾਡਾ ਕੈਂਪ ਆਇਆ ਨਾ, 3 ਲੱਖ ਦਾ ਕਾਫਲਾ ਸੀ ਜਿਹੜਾ ਅਸੀਂ ਤੁਰ ਕੇ ਆਏ ਹਾਂ। ਅੱਛਾ, 3 ਲੱਖ ਦਾ ਅਤੇ ਉਹਨੇ ਉੱਥੇ ਬੰਦੇ ਭਾ ਛੱਡੇ ਵੀ ਜਦੋਂ ਮਹਿਰੋਂ, ਉਹ ਮਹਿਰੋਂ ਸੀਗੀ ਪਿੰਡ ਮਹਿਰੋਂ ਸੀ ਸਾਡੀ ਭੂਆ ਦਾ, ਉਹ ਸਾਡਾ ਭੂਆ ਦਾ ਪੁੱਤ ਸੀ, ਸਾਤੋਂ ਵਡੇਰਾ ਸੀ ਅਤੇ ਜਾਣੀ ਬਹੁਤ ਪੁਰਾਣਾ ਸੀ, ਉਹ ਪੁਰਾਣੇ ਰਹਿੰਦੇ, ਸਾਡਾ ਫੁੱਫੜ ਵੀ ਰਹਿੰਦਾ। ਤੁਹਾਡੀ ਪੂਰੀ ਪੂਰਾ ਖਾਨਦਾਨ ਆ ਗਿਆ ਸੀ ਜਾਂ ਕੁਛ ਲੋਕ ਰਹਿ ਗਏ ਸੀ ਉੱਧਰ? ਨਹੀਂ, ਪੂਰਾ ਖਾਨਦਾਨ ਸਾਰੇ ਆ ਗਏ ਸੀ, ਸਾਰੇ ਆ ਗਏ। ਅੱਛਾ, ਜਾਣੀ ਬਾਪ ਸਾਡਾ ਮਾਰਿਆ ਗਿਆ। ਅੱਛਾ, ਹੋਰ ਭਰਾ ਸੀ, ਜਾਣੀ ਖਿੜ ਗਏ ਆ ਇੱਧਰ, ਅਸੀਂ 2 ਮਹੀਨਿਆਂ ਬਾਅਦ ਇਕੱਠੇ ਹੋਏ। ਅੱਛਾ, ਉਹਰਾਂ ਪੈਲੀ ਸੀਗੀ ਇੱਥੇ ਆ ਜੀਰੇ ਵਾਲੇ ਆ, ਉਹਰਾਂ ਜੀਰਾ ਜੀਰਾ ਹਾਂ, ਇੱਥੋਂ ਦੇ ਇੱਥੇ ਅਸੀਂ 108 ਕਮਾ ਸਾਡੇ ਭੂਆ ਦੇ ਪੁੱਤ ਨੇ ਲਈ ਸੀ ਪੈਲੀ, ਉਹਦਾ ਕਬਜ਼ਾ ਲੈ ਕੇ ਉੱਥੇ ਖੂਹ ਲਾਉਂਦੇ ਸੀ, ਮੈਥੋਂ ਵੱਡੇ 2 ਇੱਥੇ ਸੀ, ਅਸੀਂ 5 ਭਰਾ ਸੀ।
ਤੁਹਾਨੂੰ ਹੋਰ ਯਾਦ ਆ ਆਪਣੇ ਪਿੰਡ ਦੀ ਆਪਣੇ ਬਚਪਨ ਦੀ ਕੋਈ ਗੱਲ ਉਧਰ ਦੀ ਤੁਸੀਂ ਯਾਦ ਕਰਦੇ ਹੋ ਹੁਣ ਵੀ ਤੁਹਾਨੂੰ ਹੁਣੇ ਵੀ ਯਾਦ ਆਉਂਦੀ ਹੈ ਬਚਪਨ ਕਾਕੀ ਬੜਾ ਪੇੜਾ ਪੜਾ ਵੇੜਾ ਵੇਖਿਆ ਅੱਛਾ ਆਏ ਜੀ ਮੈਂ ਤੁਸੀਂ ਹੀ ਆ ਬੈਠੀਆਂ ਸੀ ਇਸ ਉਮਰ 'ਚ ਅਸੀਂ ਇਕੱਠੇ ਖੇਡਦੇ ਰਹੇ ਹਾਂ ਕੋਈ ਭਿੰਜ ਪਰੇਡ ਨਹੀਂ ਸੀ ਬਿਲਕੁਲ ਨਹੀਂ ਸੀ ਕਦੇ ਕੁੜੀਆਂ ਨੇ ਜੱਟੀਆਂ ਦੀ ਜੱਟਾਂ ਦੀਆਂ ਕੁੜੀਆਂ ਨੇ ਸਾਡੀ ਹਵੇਲੀ 'ਚ ਉੱਥੇ ਖੇਡਦੇ ਖੇਡਦੇ ਸੋਤਾ ਹੋ ਜਾਣਾ ਉੱਥੇ ਪੈ ਜਾਣਾ ਜਾਣੀ ਬਿਲਕੁਲ ਬਹੁਤ ਬੜਾ ਵੇੜਾ ਸੀ ਬੜੇ ਪਿਆਰ ਨਾਲ ਰਹਿੰਦੇ ਸੀ ਬੜੀ ਪਿਆਰ ਨਾਲ ਬੜੀ ਮੁਹੱਬਤ ਨਾਲ ਅੱਛਾ ਆਏ ਆਏ ਫਿਰ ਅਸੀਂ ਦੋ ਤਿੰਨ ਜਾਣੇ ਉੱਥੇ ਆਏ ਜੁੱਫੀ ਕੰਧ ਨਾ ਪਾ ਕੇ ਦੂਜਿਆਂ ਨੇ ਭੱਜੇ ਹੋਣਾ ਛਾਲ ਮਾਰਨੀ ਮੂਹਰੇ ਤੇ ਜਾਣਾ ਫਿਰ ਵਿਜੇ ਉਹਨੂੰ ਸ਼ੱਕਰ ਭਰੀ ਬੋਲਦੇ ਸੀ ਜਾਣੀ ਬੈਲੀ ਨਿਗਾ ਕੋਈ ਨਹੀਂ ਸੀ ਨਾ ਕੋਈ ਪਤਾ ਹੀ ਸੀ ਬਿਲਕੁਲ ਬੜੇ ਵੇਲੇ ਆ ਸਾਡੇ ਸੰਭਾਲੇ ਚੱਲੀਆਂ ਨਾ ਮੋਟਰ ਜੀ ਸਾਡੇ ਵਿਆਹ ਹੋਏ ਆ ਗੱਡੀਆਂ ਸੀਗੀਆਂ ਇੱਕ ਗੱਡੀ ਸੀ ਬਣਾਈ ਸੀ ਮਿਸਤਰੀਆਂ ਦੀ ਰਸ ਬੋਲਦੇ ਸੀ ਉਹਨੂੰ ਚਾਰ ਪਹੀਏ ਹੁੰਦੇ ਸੀ ਤੇ ਉੱਤੇ ਝੁੱਲ ਦਿੱਤਾ ਹੁੰਦਾ ਸੀ ਉਹਦੇ 'ਚ ਡੋਲਾ ਪਾ ਕੇ ਲਿਆਉਣਾ ਤੇ ਇੱਕ ਗੁੱਦੀ 'ਚ ਦੋ ਪਹੀਆਂ ਵਾਲੀ ਤੇ ਉਦੋਂ ਵੇਖੇ ਗੱਡੇ ਉੱਠ ਘੋੜੀਆਂ ਇਹਨਾਂ 'ਤੇ ਬਰਾਤ ਜਾਂਦੀ ਸੀ ਕੋਈ ਗੱਡੀ ਗੁੱਡੀ ਨਹੀਂ ਤੁਹਾਡੀ ਸ਼ਾਦੀ ਉੱਧਰ ਹੀ ਹੋਈ ਸੀ ਇੱਧਰ ਆ ਕੇ ਹੋਈ ਸੀ ਨਹੀਂ ਉੱਧਰ ਹੋਈ ਸੀ ਅੱਛਾ ਉੱਧਰ ਹੀ ਹੋਈ ਸੀ ਦੋ ਬੱਚੇ ਸੀ ਜਿਵੇਂ ਹੁਣ ਬੈਠੇ ਜਾਣੀ ਅਸੀਂ ਘਰ ਬੈਠੇ ਅਗਰ ਮੌਕਾ ਮਿਲੇ ਤੁਹਾਨੂੰ ਪਿੰਡ ਜਾਣ ਦਾ ਆਪਣਾ ਘਰ ਪਹਿਚਾਣ ਲੋਗੇ ਮੌਕਾ ਮਿਲੇ ਪਿੰਡ ਜਾਣ ਦਾ ਤੇ ਘਰ ਪਹਿਚਾਣ ਲੋਗੇ ਆਪਣਾ ਬਿਲਕੁਲ ਘਰ ਘਰ ਵੀ ਸਿਆਲ ਲਾਂਗੇ ਸਿੱਖਾਂ ਦੇ ਘਰ ਵੀ ਸਿਆਲ ਲਾਂਗੇ ਅੱਛਾ ਉਹ ਸਾਰਾ ਨਕਸ਼ਾ ਸਾਡੇ ਅੰਦਰ ਆ ਅੱਛਾ ਯਾਦ ਆਉਂਦੀ ਹੈ ਹੁਣ ਤੁਸੀਂ ਕਾਕੀ ਵੇਖ ਇੱਥੋਂ ਕਿਸੇ ਪਾਸੇ ਉੱਠ ਜਾਓ ਤੁਹਾਨੂੰ ਆ ਨਕਸ਼ਾ ਯਾਦ ਨਾ ਰਹੂਗਾ ਬਿਲਕੁਲ ਇਵੇਂ ਸਾਨੂੰ ਯਾਦ ਰਹਿੰਦਾ ਸਾਡਾ ਬੰਦਾ ਜਿਹੜਾ ਸੀ ਨਾ ਬਹੁਤ ਤਕੜਾ ਸੀ ਤਾਂ ਬੈਠੇ ਨਹੀਂ ਇਸ ਪਿੰਡ 'ਚ ਬਲੋਚ ਬੜੇ ਤਕੜੇ ਕਿਸੇ ਨੂੰ ਬਹਿਣ ਨਹੀਂ ਦਿੰਦੇ ਇੱਥੇ ਬਾਬੇ ਮੇਹਰ ਸ਼ਾਹ ਉਹਨਾਂ ਨੇ ਖੇਸਾਂ ਦੀਆਂ ਝੁੱਗੀਆਂ ਜਿਹੀਆਂ ਪਾ ਕੇ ਚਾਰ ਦਿਨ ਰਹਿ ਕੇ ਉੱਡ ਜਾਣਾ ਜਾ ਭਾਜੋ ਇੱਥੇ ਮੇਰਾ ਪਿੰਡ ਹੀ ਹੈ ਤੇ ਸਾਡੇ ਤਾਂ ਉਹਦੇ ਡੇਰੇ ਦੇ ਵਿੱਚ ਕੁੱਟਿਆ ਸੀ ਡਿਪਟੀ ਨੇ ਅੱਛਾ ਜਦੋਂ ਆਏ ਹਾਂ ਤਾਂ ਬੈਠੇ ਹੈ ਸਾਡੀ ਹਾਸੀ ਜਿਹੜੀ ਸੀ ਬਹੁਤ ਤਕੜੀ ਸੀ